ਅੱਜ ਦੀ ਵੀਡੀਓ ਸੁਣ ਕੇ ਸ਼ਾਇਦ ਸਟੈਨੋਗ੍ਰਾਫਰਾਂ ਵਾਲਿਆਂ ਦੇ ਸਾਰਿਆਂ ਦੇ ਜਿਹੜੇ ਸਟੈਨੋ ਪੰਜਾਬੀ ਕਰ ਰਹੇ ਆ ਉਹਨਾਂ ਦੇ ਸ਼ਾਇਦ ਕੰਨ ਖੁੱਲ੍ਹ ਜਾਣ। ਸ਼ਾਇਦ ਜ਼ਿਆਦਾ ਉਹ ਸੋਚਦੇ ਨਹੀਂ ਹੈਗੇ ਕਿ ਹੋ ਰਿਹਾ ਆਪਣੇ ਨਾਲ। ਜਦੋਂ ਦਾ ਵੀ ਮੈਂ ਇਸ ਲੈਨ ਦੇ ਵਿੱਚ ਆਇਆ ਉਸ ਤੋਂ ਲੈ ਕੇ ਹੁਣ ਤੱਕ ਭਾਸ਼ਾ ਵਿਭਾਗ ਨੇ ਕੋਈ ਬੁੱਕ ਪ੍ਰਿੰਟ ਨਹੀਂ ਕੱਢੀ ਆਪਦੀ। ਆਪਾਂ ਸਾਰੇ ਹੀ ਭਾਸ਼ਾ ਵਿਭਾਗ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਫੋਟੋ ਸਟੇਟ ਕਰ ਕਰਕੇ ਵਰਤਦੇ ਆ ਰਹੇ ਹਾਂ। ਠੀਕ ਆ, ਭਾਸ਼ਾ ਵਿਭਾਗ ਸਰਕਾਰੀ ਕਿਤਾਬਾਂ ਨਹੀਂ ਛਾਪ ਰਿਹਾ, ਇੰਸਟ੍ਰਕਟਰ ਭਰਤੀ ਕੋਈ ਨਹੀਂ ਕਰ ਰਿਹਾ। ਜਿਵੇਂ ਜਿਵੇਂ ਰਿਟਾਇਰਮੈਂਟ ਹੋ ਜਾਂਦੀ ਆ ਇੰਸਟ੍ਰਕਟਰਾਂ ਦੀ, ਨਵਾਂ ਭਰਤੀ ਹੋ ਨਹੀਂ ਰਿਹਾ, ਉਹ ਸੈਂਟਰ ਨੂੰ ਬੰਦ ਕੀਤਾ ਜਾ ਰਿਹਾ, ਨਾ ਕਿ ਨਵਾਂ ਨਵੀਂ ਭਰਤੀ ਕਰਕੇ ਨਵਾਂ ਇੰਸਟ੍ਰਕਟਰ ਉੱਥੇ ਰੱਖਿਆ ਜਾ ਰਿਹਾ। ਠੀਕ ਆ, ਜਿਵੇਂ ਜਿਵੇਂ ਰਿਟਾਇਰ ਹੋ ਜਾਂਦੇ ਆ ਉਹ ਸੈਂਟਰ ਬੰਦ ਹੁੰਦੇ ਜਾ ਰਹੇ ਆ, ਪੋਸਟ ਆਪਣੀਆਂ ਕੱਢਦੇ ਆ ਅਤੇ ਕੈਂਸਲ ਕਰ ਦਿੰਦੇ ਆ, ਕੱਢਦੇ ਆ ਕੈਂਸਲ ਕਰ ਦਿੰਦੇ ਆ। ਤੁਹਾਨੂੰ ਇਹ ਇਲਾਕੇ ਇਹ ਚੀਜ਼ ਵੇਖ ਕੇ ਕੁਛ ਅੰਦਾਜ਼ਾ ਨਹੀਂ ਹੋ ਰਿਹਾ ਕੀ ਹੋ ਰਿਹਾ ਆਪਣੇ ਨਾਲ? ਠੀਕ ਆ, ਆਪਾਂ ਹਾਲੇ ਚੁੱਪ ਬੈਠੇ ਹਾਂ, ਹਾਲੇ ਆਪਾਂ ਪੇਪਰ ਭਰੀ ਜਾਂਦੇ ਹਾਂ, ਹਾਲੇ ਪ੍ਰਡਿਕਟੇਸ਼ਨ ਲਿਖੀ ਜਾਂਦੇ ਹਾਂ, ਤੁਹਾਡਾ ਦਿਲ ਨਹੀਂ ਖੋਲਦਾ ਪਿਆ ਵੀ 4 ਸਾਲ ਤੁਸੀਂ ਮਿਹਨਤ ਕਰਦੇ ਆ ਰਹੇ ਹਾਂ ਵੀ ਸਾਡੀ ਸਰਕਾਰ ਕੋਈ ਸੁਣਦੀ ਨਹੀਂ ਪਈ, ਭਾਸ਼ਾ ਭਾਗ ਸਰਕਾਰੀ ਕੋਰਸ ਕਰਵਾਈ ਜਾਂਦਾ, 4-4 ਸਾਲ ਹੋ ਗਏ ਨਵੇਂ ਨਵੇਂ ਸਟੂਡੈਂਟ ਕੋਰਸ ਨੂੰ ਕਰੀ ਜਾਂਦੇ ਆ ਅਤੇ ਅੱਗੇ ਕੋਈ ਚਾਂਸ ਉਹਨਾਂ ਦਾ ਹੈ ਨਹੀਂਗਾ। ਠੀਕ ਆ, ਜਿਹੜੇ ਇਸ ਟਾਈਮ ਮੇਰੀ ਟੀਚਰ ਜਿਹੜੇ ਟੀਚਰ ਹੈਗੇ ਪ੍ਰਾਈਵੇਟ ਟੀਚਰ, ਸਰਕਾਰੀ ਤਾਂ ਸਰਕਾਰ ਦੇ ਅੰਡਰ ਹੈਗੇ, ਉਹ ਤਾਂ ਕੁਛ ਬੋਲ ਨਹੀਂ ਸਕਦੇ। ਪ੍ਰਾਈਵੇਟ ਟੀਚਰ ਜਿਹੜੇ ਹੈਗੇ ਉਹ ਮੇਰੀ ਗੱਲ ਸੁਣਦੇ ਪਿਓ, ਧਿਆਨ ਨਾਲ ਇਹ ਗੱਲ ਨੂੰ ਸਮਝ ਲੈਣਾ। ਆਹ ਜਿਹੜੇ 6 ਮਹੀਨੇ ਹੈਗੇ, ਸਾਲ ਹੈਗਾ, ਇਹਦੇ ਵਿੱਚ ਤਾਂ ਆਪਾਂ ਫੀਸਾਂ ਬੱਚੇ ਤੋਂ ਲੈ ਲਾਂਗੇ, ਆਪਾਂ ਕਹਿ ਕਹਿ ਕੇ ਆ ਗਈਆਂ ਪੋਸਟਾਂ, ਉਦੋਂ ਅਗਲੇ ਟਾਈਮ 'ਚ ਆਪਾਂ ਨੂੰ ਕਿਸੇ ਨੇ ਫੀਸ ਨਹੀਂ ਦੇਣੀ। ਸਰਕਾਰ ਹੌਲੀ ਹੌਲੀ ਇਸ ਪੋਸਟ ਨੂੰ ਖਤਮ ਕਰ ਦੂਗੀ। ਠੀਕ ਹੈ, 4-7 ਪੋਸਟ ਆਉਂਦੀ ਕੋਈ ਨਹੀਂ ਆਈ। ਠੀਕ ਆ, ਅਸੀਂ ਆਰਟੀ ਪਾ ਕੇ ਸਾਰਾ ਕਲੀਅਰਲੀ ਕਰ ਲਿਆ ਵੀ ਕਿੱਥੇ ਕਿੱਥੇ ਆਪਣੀ ਪੋਸਟਾਂ ਖਾਲੀ ਹੈਗੀਆਂ। ਠੀਕ ਹੈ, ਉਹ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ, ਜਿਨ ਚਿਰ ਆਪਣੀ ਯੂਨਿਟੀ ਨਹੀਂ ਹੈਗੀ ਉਹ ਪੋਸਟ ਆਉਣੀਆਂ ਨਹੀਂ ਹੈਗੀ, ਪਤਾ ਹੈਗਾ ਆਪਾਂ ਨੂੰ ਸਾਰਾ ਕਲੀਅਰਲੀ ਕਿੱਥੇ ਕਿੱਥੇ ਕਿਹੜੀ ਪੋਸਟ ਖਾਲੀ ਹੈਗੀ ਆ। ਜਦੋਂ ਪਹਿਲਾਂ ਵੀਡੀਓ ਪਾਈ ਸੀ ਉਹ ਸਟੂਡੈਂਟਾਂ ਨੇ ਕਾਰਵਾਈ ਕੀਤੀ ਆ, ਅਤੇ ਉਹ ਇਨਫੋਰਮੇਸ਼ਨ ਆਪਣੇ ਕੋਲ ਸਾਰੀ ਆ ਗਈ ਆ ਕਿੰਨੀਆਂ ਪੋਸਟਾਂ ਕਿਹੜੀ ਜਗ੍ਹਾ 'ਤੇ ਖਾਲੀ ਹੈਗੀਆਂ। ਠੀਕ ਆ, ਯੂਨਿਟੀ ਤੋਂ ਬਿਨਾਂ ਆਪਾਂ ਪੋਸਟਾਂ ਕਢਾ ਨਹੀਂ ਸਕਦੇ, ਪੋਸਟਾਂ ਕਲੀਅਰ ਹੈਗੀਆਂ। ਠੀਕ ਆ, ਜੇ ਤੁਹਾਨੂੰ ਲੱਗਦਾ ਹੋਇਆ ਆਪਾਂ ਵੇਟ ਕਰਕੇ ਵੋਟਾਂ ਦੇ ਵੇਟ ਕਰਾਂਗੇ ਤਾਂ ਵੋਟਾਂ ਦੇ ਅੱਗੇ ਚਲੇ ਜਾਣੀਆਂ ਪੋਸਟਾਂ, ਪੋਸਟਾਂ ਆਉਣੀਆਂ ਕਨਫਰਮ ਹੈਗਾ, ਇਹ ਨਹੀਂ ਹੈਗਾ ਪੋਸਟਾਂ ਨਹੀਂ ਆਪਣੀਆਂ ਆਉਣੀਆਂ ਵੀ ਪੋਸਟਾਂ ਨਹੀਂ ਆਉਣਗੀਆਂ। ਠੀਕ ਆ, ਜੇ ਯੂਨਿਟੀ ਹੈਗੀ ਤਾਂ ਪਹਿਲਾਂ ਪੋਸਟਾਂ ਕਢਾ ਲਾਂਗੇ ਤਾਂ ਆਪਾਂ ਜੁਆਇਨ ਕਰ ਜਾਂਗੇ, ਨਹੀਂ ਤਾਂ ਇਕੱਲੀਆਂ ਪੋਸਟਾਂ ਆਉਣਗੀਆਂ, ਜੁਆਇਨ ਜੁਆਇਨ ਨਹੀਂ ਹੁੰਦੇ ਆਪਾਂ। ਠੀਕ ਹੈ, ਜਿਵੇਂ 16 ਲੈਣਾ ਹੋਇਆ, 16 ਤੋਂ ਪੇਪਰ ਭਰਿਆ ਅਤੇ 2020 ਤੱਕ ਪਹੁੰਚ ਗਏ ਉਹ, ਜੇ ਆਪਾਂ ਹੁਣ ਆਪਾਂ 20 'ਚ ਫਾਰਮ ਭਰਾਂਗੇ ਤਾਂ 24 'ਚ ਜਾਵਾਂਗੇ। ਠੀਕ ਹੈ, ਇਹਦੇ ਬਾਰੇ ਆਪਣੀ ਆਪਦਾ ਹੁਣੇ ਤੋਂ ਸੋਚ ਵਿਚਾਰ ਲਓ। ਠੀਕ ਆ, ਜਿਹੜੇ ਟੀਚਰ ਪ੍ਰਾਈਵੇਟ ਟੀਚਰ ਹੈਗੇ ਇਸ ਟਾਈਮ ਕੰਮ ਉਹਨਾਂ ਦਾ ਰਹਿ ਗਿਆ, ਬੱਚਿਆਂ ਨੇ 4 ਸਾਲ ਆਪਾਂ ਨੂੰ ਫੀਸਾਂ ਦਿੱਤੀਆਂ ਅਤੇ 4 ਸਾਲ ਆਪਦੀ ਜ਼ਿੰਦਗੀ ਦੇ 4 ਸਾਲ ਆਪਾਂ ਨੂੰ ਦਿੱਤੇ ਉਹਨਾਂ ਨੇ, ਮਿਹਨਤ ਕੀਤੀ ਆ। ਠੀਕ ਹੈ, ਅਤੇ ਹੁਣ ਜਿਹੜਾ ਹੈਗਾ ਰੋਲ ਆਪਣਾ ਆ ਪ੍ਰਾਈਵੇਟ ਟੀਚਰਾਂ ਦਾ, ਤੁਸੀਂ ਸਾਰੇ ਪ੍ਰਾਈਵੇਟ ਟੀਚਰ ਜਿਹੜੇ ਹੈਗੇ ਆ ਤੁਸੀਂ ਅੱਗੇ ਲੱਗਣਾ, ਇਹਨਾਂ ਸਟੂਡੈਂਟਾਂ ਨੂੰ ਪਿੱਛੇ ਲਾਉਣਾ ਆ ਵੀ ਚਲੋ ਵੀ ਆਪਾਂ ਸਰਕਾਰ ਨਾਲ ਗੱਲ ਕਰੀਏ ਵੀ ਜਾਂ ਤਾਂ ਸਾਨੂੰ ਸਟਡਾਈ ਦੇ ਸਟੈਨੋ ਕਦੋਂ ਵੀ ਹੁਣ ਸ਼ੋਰਟਨ ਦੀ ਪੋਸਟਾਂ ਕਲੀਅਰਲੀ ਸਰਕਾਰ ਦੱਸ ਦੇਵੇ ਪੋਸਟਾਂ ਨਹੀਂ ਆ ਰਹੀਆਂ ਅਤੇ ਆਪਾਂ ਸਟੈਨੋ ਨੂੰ ਛੱਡ ਦੇਈਏ ਨਾ ਪੰਗੇ ਲਈਏ ਅਤੇ ਜਾਂ ਆਪਣੀ ਪੋਸਟ ਆਉਣ। ਠੀਕ ਹੈ, ਵਿੱਚ ਵਿਚਾਲੇ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ। ਪ੍ਰਾਈਵੇਟ ਟੀਚਰਾਂ ਨੂੰ ਮੇਰੀ ਬੇਨਤੀ ਆ ਸਾਰੇ ਆਪਣੇ ਸਟੂਡੈਂਟ ਤੁਸੀਂ ਉਹਨਾਂ ਦੇ ਸਟੂਡੈਂਟਾਂ ਦੀ ਅਗਵਾਈ ਕਰੋ। ਠੀਕ ਆ, ਇਹ ਨਾ ਕਿ ਚਲੋ ਵੀ ਆ ਜਾਣਗੀਆਂ ਉਹ ਵੀ ਸਾਰੇ ਤੁਹਾਨੂੰ ਪਤਾ ਹੀ ਆ, ਮੈਨੂੰ ਵੀ ਪਤਾ ਹੈਗਾ, ਸਟੂਡੈਂਟਾਂ ਨੂੰ ਵੀ ਪਤਾ ਵੀ ਆਉਣਗੀਆਂ ਪਰ ਰਿਜ਼ਲਟ ਨਹੀਂ ਆਉਣੇ। ਠੀਕ ਆ, ਇੰਨੀ ਆਪਣੇ ਤੋਂ ਵੇਟ ਨਹੀਂ ਹੋਣੀ, ਉਦੋਂ ਬਾਅਦ ਜਿਵੇਂ 16 ਤੋਂ 20 ਤੱਕ ਪਹੁੰਚ ਗਏ ਨਾ ਅਗਲੇ ਆਪਣੇ ਤੋਂ ਵੇਟ ਨਹੀਂ ਹੋਣੀ। ਠੀਕ ਆ, ਪੋਸਟਾਂ ਆਉਣਗੀਆਂ, ਇਹ ਨਹੀਂ ਹੈਗਾ ਪੋਸਟਾਂ ਨਹੀਂ ਆਉਣਗੀਆਂ। ਠੀਕ ਹੈ, ਜਿਵੇਂ ਮਰਜ਼ੀ ਅਡਜਸਟ ਕਰਕੇ ਜਦੋਂ ਸਰਕਾਰ ਨੇ ਵੋਟਾਂ ਲੈਣੀਆਂ ਹੋਈਆਂ ਪੋਸਟ ਆਪਣੇ ਆਪ ਬਣ ਜਾਣੀਆਂ, ਭਾਵੇਂ ਸੀਟ ਖਾਲੀ ਹੈ ਭਾਵੇਂ ਨਹੀਂ, ਸੀਟਾਂ ਆਪਣੇ ਪੋਸਟ ਨਿਕਲਾਉਣੀਆਂ ਹਮੇਸ਼ਾ ਹੀ ਹੁੰਦਾ। ਠੀਕ ਆ, ਇਸ ਕਰਕੇ ਜਿਹੜੇ ਪ੍ਰਾਈਵੇਟ ਟੀਚਰ ਹੈਗੇ ਆ ਤੁਸੀਂ ਅੱਗੇ ਲੱਗੋ, ਉਹਨਾਂ ਦੀ ਅਗਵਾਈ ਕਰੋ ਬੱਚਿਆਂ ਦੀ, ਅਤੇ ਜੇ ਉਹਨਾਂ ਦਾ ਮੁੱਲ ਮੋੜੋ ਜੋ 4 ਸਾਲ ਤੁਹਾਨੂੰ ਫੀਸਾਂ ਭਰੀਆਂ ਹੈਗੀਆਂ, ਟਾਈਮ ਤੁਹਾਨੂੰ ਦਿੱਤਾ ਹੈਗਾ ਅਤੇ ਅੱਜ ਫਰਜ਼ ਤੁਹਾਡਾ ਬਣਦਾ, ਤੁਸੀਂ ਉਹਨਾਂ ਦੇ ਅੱਗੇ ਲੱਗ ਕੇ ਕੰਮ ਕਰਵਾਓ ਉਹਨਾਂ ਦਾ। ਠੀਕ ਆ, ਬਾਕੀ ਤੁਹਾਡੀ ਮਰਜ਼ੀ ਆ। ਠੀਕ ਹੈ, ਥੈਂਕ ਯੂ ਜੀ।